सर इतिहास विच इतिहास के पन्नों उत्ते लिखा जाएगा जिहड़ा अंदोलन है हर एक ने संजोग दिता पंजाब के वक्त वक्त बच्चे तक ने कहा कि अंदोलन जित के आवांगे अज जित के आए हैं की कहना चाहते हो जित गए बस की कहना चाहते जी जित उत्ते की कहना देखो हर जिहड़ी कुणबा कबीला हुंदा है उन्हें कुछ अपने विधि विधान बनाए होने जिहड़े पंजाबी लोग है जदों तो बाबा गुरु नानक साहब नूं नतमस्तक होण लगे उदों तो एक रवायत बन गई कि जितना तुसी पूरी मेहनत नाल पर जिहड़ा उहदा सारा जिहड़ा सेला कह दिए या उस जित दा सेहरा वो फिर बाबे दे दर ते आके मत्था टेक देना बस ये सेहरा तो फिर बाबिआं नूं जांदा जिन्हां ने ये राह दिखाए ਜਦੋਂ ਅੰਦੋਲਨ ਆਰੰਭ ਹੋਇਆ ਡਾਂਗਾ ਵਰੀਆਂ ਸੀ ਸੋਚਿਆ ਸੀ ਫੁੱਲਾਂ ਦੀ ਵਰਖਾ ਸਵਾਗਤ ਹੋਵੇ 200% ਸਰ ਤੁਸੀਂ ਇੱਕ ਚੀਜ਼ ਸੋਚੋ ਜਿਸ ਮੁਲਕ ਦੀ ਬੈਕਬੋਨ ਖੇਤੀਬਾੜੀ ਹੋਵੇ ਅਤੇ ਉਹ ਜਿਹੜੇ ਖੇਤੀ ਕਰਨ ਵਾਲੇ ਜੇ ਉਹੀ ਨਿਰਾਸ਼ ਹੋ ਗਏ ਤੁਸੀਂ ਕਿਹਦੇ 'ਤੇ ਰਾਜ ਕਰੋਗੇ ਨਹੀਂ ਹੋ ਸਕਦਾ ਨਾ ਇਹ ਹੋਣਾ ਵੀ ਨਹੀਂ ਭਵਿੱਖ 'ਚ ਵੀ ਕੋਈ ਤਜਰਬਾ ਹੋਰ ਸਰਕਾਰ ਵੀ ਕਰਕੇ ਵੇਖ ਲਏ ਉਹ ਵੀ ਨਹੀਂ ਹੋਣਾ ਔਰ ਭਵਿੱਖ ਜਿਹੜੀ ਪੰਜਾਬ ਦੀ ਸਰਕਾਰ ਜਿਹੜੀ ਬਣੂਗੀ ਨਾ ਉਹ ਵੀ ਕੋਈ ਤਜਰਬਾ ਕਰਕੇ ਵੇਖ ਲਏ ਉਹ ਵੀ ਨਹੀਂ ਚੱਲਣੀ ਸਰ ਸਰਕਾਰ ਦਾ ਸਹਿਯੋਗ ਕਿੰਨਾ ਕੁ ਇਹਦੇ ਵਿੱਚ ਮੰਨਦੇ ਜੇ ਕੋਈ ਸਹਿਯੋਗ ਨਹੀਂ ਐਵੇਂ ਹੁਣ ਪਿੱਠ ਥਾਪੜੀ ਜਾਂ ਵੋਟ ਲਾ ਕੇ ਮਾਸਾ ਜਿੱਥਾ ਸੀ ਪਿੱਠ ਦੀ ਗੱਲ ਕੀਤੀ ਹੈ ਲੱਗਦਾ ਕਿ ਹੁਣ ਸਰਕਾਰਾਂ ਕਦੇ ਹਿੰਮਤ ਨਹੀਂ ਲੈਣਗੀਆਂ ਲੋਕਾਂ ਦੇ ਫੈਸਲੇ ਕਰਨ 'ਚ ਦੇਖੋ ਜਿਹੜੇ ਇਹ ਇਸ ਅੰਦੋਲਨ ਦੀ ਜਿਹੜੀ ਚੰਗੀ ਚੀਜ਼ ਕੀ ਹੋਈ ਹੈ ਜਿਹੜਾ ਪੰਜਾਬੀਆਂ ਦਾ ਜਿਹੜਾ ਜਾਂ ਪੰਜਾਬੀ ਜੇ ਆਪਾਂ ਸਾਰੇ ਗਿਣ ਲੈਂਦੇ ਹਾਂ ਜੇ ਆਪਾਂ ਆਸਥਾ ਦੇ ਹਿਸਾਬ ਨਾਲ ਚੱਲੀਏ ਤਾਂ ਸਿੱਖਿਜ਼ਮ ਜਾਂ ਗੁਰੂ ਘਰਾਂ ਦਾ ਜਿਹੜਾ ਯੋਗਦਾਨ ਹੈ ਇਹ ਬਹੁਤ ਵੱਡਾ ਔਰ ਲੰਗਰ ਕਿੰਨਾ ਮਿਲਿਆ ਲੋਕਾਂ ਨੂੰ ਕਰੋਨਾ 'ਚ ਸਰਕਾਰ ਫੇਲ ਹੋ ਗਈ ਅਤੇ ਪੰਜਾਬੀ ਪਾਸ ਹੋ ਗਏ ਇੱਕ ਭਾਈਚਾਰਕ ਸਾਂਝ ਦੀ ਜਿਹੜੀ ਤੰਦਾਂ ਮਜ਼ਬੂਤ ਹੋਈ ਹੈ ਵੱਖ ਵੱਖ ਰਾਜਾਂ ਦੇ ਕਿਸਾਨਾਂ 'ਚ ਇਹੀ ਤਾਂ ਬਾਬਾ ਸਾਹਿਬ ਦਾ ਇਹੀ ਤਾਂ ਉਪਦੇਸ਼ ਸੀ ਬਾਬਾ ਗੁਰੂ ਨਾਨਕ ਸਾਹਿਬ ਦਾ ਸ਼ਾਂਤੀ ਨਾਲ ਸਵਾਲ ਜਵਾਬ ਕਰਨੇ ਆ ਟੇਬਲ 'ਤੇ ਜਿਹੜੇ ਤੁਸੀਂ ਨੁਮਾਇੰਦੇ ਅੱਗੇ ਭੇਜੇ ਸੀ 32 ਇਹ ਟੇਬਲ 'ਤੇ ਜਿੱਤੇ ਆ ਪਹਿਲਾਂ ਟੇਬਲ 'ਤੇ ਤਾਂ ਹੀ ਜਿੱਤੇ ਨਾ ਜੇ ਆਪਾਂ ਨੇ ਕਿਹਾ ਵੀ ਚਲੋ ਹੁਣ ਤੁਸੀਂ ਲੱਗੋ ਤੁਹਾਡੇ 'ਚੋਂ ਜਿਹੜੇ ਸੂਝਵਾਨ ਆ ਗੱਲ ਕਰਨਗੇ ਟੇਬਲ 'ਤੇ ਸਰਕਾਰ ਹਰਾਈ ਫਿਰ ਅਲਟੀਮੇਟਲੀ ਸਰਕਾਰ ਮੰਨ ਸਰ ਸਿਆਸਤ ਦੇ ਸੁਰ ਵੀ ਕਿਤੇ ਨਾ ਕਿਤੇ ਸਟੇਜਾਂ ਤੋਂ ਉੱਠਣੇ ਹੋਏ ਨੇ ਕੁਝ ਕਿਸਾਨ ਆਗੂ ਇਹਨਾਂ ਵੱਲੋਂ ਵੀ ਕਿਹਾ ਗਿਆ ਇਹਦਾ ਜਵਾਬ ਮਨਜੀਤ ਦਊਗਾ ਫਿਰ ਵੀ ਤੁਸੀਂ ਕਿਤਾ ਦੇ ਨਹੀਂ ਇਹ ਦੇਖੋ ਆਪਾਂ 32 ਕਰੇ ਸੀ ਹੁਣ ਜੇ ਸਾਰੇ ਪ੍ਰਧਾਨ ਬਣਨਗੇ ਫਿਰ ਕੰਮ ਅੱਗੇ ਚੱਲਣਾ ਨਹੀਂ ਇਹਨਾਂ ਨੂੰ ਆਪਾਂ ਜ਼ਿੰਮੇਵਾਰੀ ਲਾਉਣਾ ਇਹ ਕੀ ਕਰਨਾ ਚਾਹੁੰਦੇ ਪੰਜਾਬੀ ਗਾਇਕੀ ਪੰਜਾਬੀ ਜਿਹੜੀ ਕਲਾਕਾਰੀ ਕੋਈ ਖੰਗ ਨਹੀਂ ਹੋਈ ਗਾਇਕੀ ਪੰਜਾਬੀ ਕਲਾਕਾਰੀ ਜਿਹੜੀ ਖੰਗ ਨਹੀਂ ਹੋਈ ਕੋਈ ਅਗਾਹ ਵਧੀ ਹੈ ਹਰ ਕੰਮ ਤੇ ਤੁਹਾਡੇ ਬੜੇ ਫੈਨਸ ਹੋਣਗੇ ਜਿਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਅਸੀਂ ਦੋਨੋਂ ਨੂੰ ਜੁੜੀਏ ਪਰ ਕਈ ਡਰਾਮਾ ਹੋ ਗਿਆ ਨਾ ਤੇਰਾ ਸ਼ੁਰੂ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੇਰੇ ਨਾਲ ਗਾਉਣ ਵਾਲਿਆਂ ਦੀ ਗੱਲ ਦੇਖ ਮੈਂ ਗਾਉਂ ਇੱਕ ਹੁੰਦਾ ਗਾਉਣ ਵਾਲਾ ਜੀ ਤੁਸੀਂ ਮੈਨੂੰ ਗਾਇਕ ਕਿਉਂ ਸਮਝਦੇ ਹੋ ਮੈਂ ਤਾਂ ਲੇਖਕ ਵੀ ਹਾਂ ਤੁਸੀਂ ਮੈਨੂੰ ਕਿਸਾਨ ਕਿਉਂ ਨਹੀਂ ਸਮਝਦੇ